जिला कांग्रेस कमेटी दे दफ्तर विच कांग्रेस पार्टी दे वर्करा वल्लों अपना 136वां स्थापना दिवस मनाया गया। उत्थे ही पत्रकारां दे नाल गल्लबात करदिआं जिला कांग्रेस कमेटी दिहाती दे प्रधान भगवंत पाल सिंह सच्चर ने कहा कि पिछले 136 साल पहला कांग्रेस पार्टी होंद विच आई सी अते कांग्रेस पार्टी वल्लों भारत नूं बुलंदियां तक पहुंचाउण लई बहुत सारे यत्नशील काम कीते गए हन अते 10 साल भारत विच डॉक्टर मनमोहन सिंह दा राज होण ते वी कांग्रेस पार्टी ने बहुत सारे भलाई दे कार्ज कीते सी। पर हुण देश विच भाजपा सरकार है अते हुण हर किसान, हर मजदूर, हर वर्ग आदमी दा इक्को ही नारा है कि मोदी भजाओ ते कांग्रेस बचाओ। उन्हां ने कहा कि इन्हीं दिनी पंजाब अते हरियाणा अते होर राज्यां दे किसान सड़कां ते अंदोलन कर रहे हन अते भाजपा दी सुत्ती सरकार उन्हां दी गल मनण लई तैयार नहीं। उन्हां ने गलबात करदे कहा कि मोदी सरकार नूं हुण अपना अड़ियल रवैया छड्ड के किसानां दी गल मननी चाहीदी है ते खेती सुधार बिलां नूं रद्द करना चाहीदा है। अज असीं जिला कांग्रेस कमेटी अमृतसर देहाती दे दफ्तर विखे इंडियन नैशनल कांग्रेस पार्टी दे 136वें स्थापना दिवस नूं मना रहे हां ते अज साडे सारे जिले दे अहुदेदार साहिबान, साडे कांग्रेस पार्टी दे वर्कर साहिबान बड़े चावां दे नाल पार्टी दा स्थापना दिवस 136वां ਉਹ ਮਨਾ ਰਹੇ ਨੇ ਤੇ ਨਾਲੇ ਅਸੀਂ ਯਾਦ ਵੀ ਕਰ ਰਹੇ ਆ ਕਿ 136 ਸਾਲ ਹੋ ਗਏ ਸਾਡੀ ਪਾਰਟੀ ਨੂੰ ਹੋਂਦ ਵਿੱਚ ਆਇਆ ਤੇ ਸਾਡੀ ਇਸ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਮੇਂ-ਸਮੇਂ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਦਿੱਤੇ ਅੱਜ ਯਾਦ ਕਰਦੇ ਆ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਸਾਰੇ ਸਮੇਂ-ਸਮੇਂ ਤੇ ਕਰਦੇ ਆ ਤੇ ਖਾਸ ਤੌਰ ਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਤੇ ਦੇਸ਼ ਨੂੰ ਬੜੀਆਂ ਉਚਾਈਆਂ ਤੇ ਲੈ ਕੇ ਗਏ ਸਨ ਪਰ ਲੇਕਿਨ ਅੱਜ ਨਾਲ ਹੀ ਬਦਕਿਸਮਤੀ ਹੈ ਕਿ ਅਫਸੋਸ ਵੀ ਆਉਂਦਾ ਹੈ ਕਿ ਅੱਜ ਜਿਸ ਦੇਸ਼ ਤੇ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਅੱਜ ਉਹਦੇ ਖਿਲਾਫ ਸਾਰੇ ਦੇਸ਼ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਹਾਹਾਕਾਰ ਮਚਾ ਰਹੇ ਨੇ ਕਿ ਇਹ ਸਾਡੇ ਕੋਲੋਂ ਬੜੀ ਉਦੋਂ ਬਜ਼ਰ ਤੇ ਬੜੀ ਵੱਡੀ ਗਲਤੀ ਹੋ ਗਈ ਕਿ ਅਸੀਂ ਦੇਸ਼ ਦੀ ਵਾਗਡੋਰ ਇੱਕ ਫਿਰਕਾਪ੍ਰਸਤ ਵਿਅਕਤੀ ਦੇ ਹੱਥ ਵਿੱਚ ਦੇ ਦਿੱਤੀ ਹੈ। ਸੋ ਅੱਜ ਅਸੀਂ ਸਾਰੇ ਜਿੱਥੇ ਕਿਸਾਨ, ਮਜ਼ਦੂਰ, ਸਾਰੀਆਂ ਜਥੇਬੰਦੀਆਂ ਇੱਕ ਝੰਡੇ ਥੱਲੇ ਆ ਕਿ ਅੱਜ ਇੱਕ ਹੀ ਨਾਰਾ ਹੈ ਸਾਡੇ ਸਾਰਿਆਂ ਦਾ ਹੀ, ਚਾਹੇ ਕਿਸੇ ਵੀ ਪਾਰਟੀ ਨਾਲ ਹੋਰ ਵੀ ਰਾਜਨੀਤਿਕ ਪਾਰਟੀਆਂ ਨੇ, ਕਿ ਮੋਦੀ ਹਟਾਓ ਤੇ ਦੇਸ਼ ਬਚਾਓ। ਅੱਜ ਸਾਰੇ ਦੇਸ਼ ਵਿੱਚ ਇਹ ਨਾਰਾ ਚੱਲ ਰਿਹਾ ਹੈ ਕਿਉਂਕਿ ਲੋਕ ਅੱਜ ਚਾਹੇ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਚਾਹੇ ਛੋਟਾ ਦੁਕਾਨਦਾਰ ਹੈ, ਚਾਹੇ ਕੋਈ ਮੁਲਾਜ਼ਮ ਹੈ, ਹਰ ਵਰਗ ਅੱਜ ਦੁਖੀ ਹੈ ਕਿਉਂਕਿ ਇਸ ਮੋਦੀ ਸਰਕਾਰ ਨੇ ਤੇ ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਜਰਾਨਾ ਪਾ ਕੇ ਤੇ ਆਮ ਗਰੀਬਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਕਦੀ ਵੀ ਦੇਸ਼ਵਾਸੀ ਬਰਦਾਸ਼ਤ ਨਹੀਂ ਕਰਨਗੇ। ਸੋ ਅੱਜ ਅਸੀਂ 136ਵੇਂ ਸਥਾਪਨਾ ਦਿਵਸ 'ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਸਾਡੇ ਇੰਚਾਰਜ ਰਾਵਤ ਜੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਮੁੱਚੀ ਕਾਂਗਰਸ ਦੀ ਹਾਈ ਕਮਾਂਡ ਨੂੰ ਅਤੇ ਪੰਜਾਬ ਦੀ ਲੀਡਰਸ਼ਿਪ ਨੂੰ ਅਤੇ ਆਪਣੇ ਵੱਲੋਂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਵੱਲੋਂ 136ਵੇਂ ਸਥਾਪਨਾ ਦਿਵਸ ਦੀ ਲੱਖ-ਲੱਖ ਵਧਾਈ ਦਿੰਦੇ। ਪ੍ਰਾਈਮ ਉਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।